ਨਿਕਾਹ ਸ਼ੁਰੂ ਕਰਾਂ ਜੀ। ਮੌਲਵੀ ਸਾਹਿਬ ਕਾਦੀ ਕਾਲੀ ਆ ਕਿਤੇ ਹਲਵਾਉਂਡਿਆ ਜਾ ਰਿਹਾ, ਇਸਲਾਮੀ ਚ ਗੱਡੀ ਦੇਣਗੇ ਤਾਂ ਮੁੰਡਾ ਵਿਆਹ ਵਾਲੀ ਗੱਡੀ ਤੇ ਚੜੇਗਾ, ਓਨੀ ਦੇਰ ਤੱਕ ਨਾ ਨਿਕਾਹ ਹੋਏਗਾ ਤਾਂ ਨਾ ਮੁਸ਼ਰਫ ਨੂੰ ਫਾਂਸੀ। ਅੰਮੀ ਜੀ ਨਾਨ ਠੰਡੇ ਹੋ ਜਾਣਗੇ। ਬਾਜੀ ਨਿਕਾਹ ਹੋਣ ਦੇ ਕਿਉਂ ਕੈਦੋ ਦੀ ਫੁੱਫੀ ਤਣਾ ਅੜ ਗਈ ਏ। ਕਾਦੀ ਅੜ ਗਈ ਆ, ਮੈਂ ਕੀ ਗਾਟੀ ਆ। ਅੰਮੀ ਦਫਾ ਕਰ ਜੇ, ਭੁੱਖੇ ਤੇ ਤੂੰ ਵੀ ਚਵਲੀ ਹੋ ਗਈ ਆ। ਮੈਂ ਤੇ ਕਹਿੰਨੀ ਆ ਬਗੈਰ ਨਿਕਾਹ ਤੋਂ ਰੋਟੀ ਖਾ ਕੇ ਚਲੀਏ। ਬਾਜੀ ਤੂੰ ਤੇ ਮੇਰੇ ਵਿਆਹ ਨੂੰ ਨਾ ਨਾ ਮਧੋਲ। ਬਕਵਾਸ ਬੰਦ ਕਰ, ਤੈਨੂੰ ਮੈਂ ਦੁੱਲਾ ਬਣਾ ਸਕਦੀ ਆ ਤੇ ਦੋ ਲਿੱਤਰ ਵੀ ਲਾ ਸਕਦੀ ਆ। ਤੇਰੀ ਭੈਣ ਸਹੀ ਕਹਿੰਦੀ ਆ ਤੇ ਸ਼ਰੀਫ ਚੁੱਕ। ਇੱਕ ਮਿੰਟ ਅੰਮੀ, ਆਪਣੇ ਮੂੰਹ ਦਾ ਸ਼ਟਰ ਬੰਦ ਰੱਖ ਤੇ ਉੱਠ। ਤੂੰ ਬੜਾ ਇੱਥੇ ਬਹਿ ਕੇ ਇੱਕ ਮਿੰਟ ਚ ਬੀਏ ਕਰ ਲੈਣਾ, ਇਹੋ ਜਿਹੇ ਫਕੀਰਾਂ ਦੀ ਧੀ ਲੈਣੀ ਕਹਿੰਦੇ ਆ। ਮੈਂ ਤੇ ਤੁਹਾਡੇ ਨਾਲ ਖੁਦਾ ਖੌਫੀ ਕੀਤੀ, ਨਹੀਂ ਤੇ ਕੋਈ ਚੰਗੜ ਵੀ ਤੁਹਾਡੇ ਨਾਲ ਰਿਸ਼ਤਾ ਨਾ ਕਰੇ। ਖਬਰਦਾਰ, ਕਹਿੰਦਾ ਹੋ ਗਿਆ ਮਿਸ ਵਾਂਗੂ ਟੁੱਕ 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 ਲੱਗੀ ਆ। ਐ ਲੜਾ ਵੇਖ ਲੋ, ਛੋਟੀ ਲੈਚੀ ਤੋਂ ਟਾਇਰ ਮੰਗਿਆ ਹੁੰਦਾ। ਇਹੋ ਜੀ ਚਵਲ ਨੂੰ ਤੂੰ ਘੋੜੀ ਚਾੜਨ ਲੱਗੀ ਆ, ਘਰ ਲਿਜਾ ਕੇ ਇਹਨੂੰ ਸੂਲੀ ਤੇ ਚਾੜ। ਕੋਈ ਨੀ, ਅਸੀਂ ਬਹਿ ਕੇ ਗੱਲ ਕਰਾਂਗੇ। ਹੈਲੋ, ਇਹਨੂੰ ਇੱਥੋਂ ਲੈ ਜਾ, ਨਹੀਂ ਤੇ ਮੈਂ ਇਹਨੂੰ ਆਪਣਾ ਲਹਿੰਗਾ ਪਵਾ ਕੇ ਨੌਨ ਸਟਾਪ ਮੁਜਰਾ ਕਰਾਉਣਾ ਈ। ਆਪਣੇ ਨਕਲੀ ਕੰਗਣ ਵੀ ਵਾਪਸ ਲੈ ਜਾ, ਔਂਤਰੇ ਬੱਕਰੀਆਂ ਨੂੰ ਪਾਉਣ ਵਾਲੇ ਕੰਗਣ ਮੈਨੂੰ ਪਾਤੇ ਆ। ਆ ਫੜ, ਨਿਕਲ ਇੱਥੋਂ ਤੇ ਆ ਬੁਰੀ ਖਬਰ ਵੀ ਨਾਲ ਲੈ ਜਾ। ਤੇਰੀ ਲੰਬੀ ਜ਼ਬਾਨ ਦਾ ਮੈਨੂੰ ਪਹਿਲੇ ਪਤਾ ਹੁੰਦਾ ਨਾ, ਮੈਂ ਸਲਾਮੀਆਂ 'ਚ ਗੱਡੀ ਨਹੀਂ ਜਹਾਜ਼ ਮੰਗਦੀ। ਹੁਣ ਮੰਗਲਾ ਜ਼ਬਾਨ ਨੂੰ ਕੀੜਾ ਲੱਗ ਗਿਆ। ਦਿਲ ਤੇ ਕਰਦਾ ਤੁਹਾਨੂੰ ਇੱਥੇ ਲੰਮਿਆਂ ਪਾ ਕੇ ਉੱਤੇ ਟਿਸ਼ੂ ਰੱਖਦੇ ਆ। ਮੈਨੂੰ ਲੱਗਦਾ ਤੇਰੇ 'ਚ ਸਿਰਫ ਆਇਓਡੀਨ ਦੀ ਨਹੀਂ, ਹਯਾ ਦੀ ਤੇ ਗੈਰਤ ਦੀ ਵੀ ਕਮੀ ਆ। ਗੱਡੀ ਤੋਂ ਇੰਜ ਮੰਗ ਲਈ ਜਿੱਦਾਂ ਸਾਡੇ ਵੱਲ ਪਾਰਕਿੰਗ 'ਤੇ ਖੜੀ ਕਰ ਗਈ ਸੀ। ਫੜ ਆਪਣੀ ਲੇਂਜ ਜਾਈ ਤੇ ਨਿਕਲ ਇੱਥੋਂ ਤੇ ਸ਼ੀਸ਼ੇ 'ਚ ਜਾ ਕੇ ਆਪਣਾ ਮੂੰਹ ਵੇਖ, ਰਬੜ ਦੀ ਚੜੇਲ ਲੱਗਣ ਨਹੀਂ ਆ। ਤੇ ਮੂੰਹ ਅੱਡਣ ਤੋਂ ਪਹਿਲੇ ਕਦੀ ਸੋਚ ਵੀ ਲਿਆ ਕਰੋ। ਲਾ ਜੀ, ਇਹ 'ਚ ਤੇ ਨਾਸਰ ਮਦਨੀ ਆ ਗਿਆ। ਬਕਵਾਸ ਬੰਦ ਕਰ, ਨਹੀਂ ਤੇ ਮੈਂ ਤੁਹਾਨੂੰ ਇੱਥੇ ਬਸਮ ਕਰ ਦੇਣਾ। ਆਪਣਾ ਤੇਰਾ ਘਰ ਵਸਿਆ ਨਹੀਂ ਤੇ ਭਰਾ ਦੀ ਝੁੱਗੀ 'ਚ ਤੂੰ ਛੁਰਲੀਆਂ ਛੱਡਣ ਨਹੀਂ ਆ। ਮੇਰੇ ਕੋਲ ਆਪਣੇ ਜੁੰਡੇ ਨਾ ਪਟਾ ਲਈ, ਸ਼ਕਲ ਵੇਖ ਪਠਾਣ ਦੀ ਧੁੰਨੀ ਹੁੰਦੀ ਆ, ਚਵਲ ਨਾ ਹੋਵੇ ਤਾਂ।